ਅਸੀਂ ਆਮ ਹੀ ਸੁਣਦੇ ਹਾਂ ਕਿ ਕਾਸ਼ ਕਿਸੇ ਕੋਈ ਇੰਨੀ ਤਾਕਤ ਹੋਵੇ, ਇੰਨੀ ਪਾਵਰ ਹੋਵੇ ਕਿ ਜਦੋਂ ਬੰਦਾ ਇਨਸਾਨ ਇਸ ਦੁਨੀਆ ਤੋਂ ਰੁਖਸਤ ਹੁੰਦਾ ਜਾਣ ਲੱਗਦਾ ਅਤੇ ਕੋਈ ਉਹਨੂੰ ਸਾਹਧਾਰੇ ਦੇ ਦੇਵੇ। ਅਸੀਂ ਆਮ ਸੁਣਦੇ ਹਾਂ ਇਹੋ ਜਿਹੀਆਂ ਗੱਲਾਂ, ਪਰ ਇਹ ਵੀ ਸੁਣਦੇ ਹਾਂ ਕਿ ਅੱਜ ਤੱਕ ਕਿਸੇ ਨੇ ਕਿਸੇ ਨੂੰ ਨਾ ਤਾਂ ਸਾਹਧਾਰੇ ਦਿੱਤੇ ਅਤੇ ਨਾ ਮਿਲਿਆ ਉਸ ਪਰਮਾਤਮਾ ਰੱਬ ਚਾਹੇ ਤਾਂ ਹੀ ਬੰਦੇ ਨੂੰ ਅਖੀਰਲੇ ਸਮੇਂ 'ਤੇ ਸਮਾਂ ਮਿਲਦਾ, ਨਹੀਂ ਤਾਂ ਕੋਈ ਇੱਕ ਸਾਹ ਵੀ ਕਿਸੇ ਨੂੰ ਉਧਾਰਾ ਨਹੀਂ ਦਿੰਦਾ। ਪਰ ਅੱਜ ਦੀ ਤਰੀਕ ਦੇ ਵਿੱਚ ਜੋ ਹਾਲਾਤ ਇੰਡੀਆ ਦੇ ਬਣ ਚੁੱਕੇ ਆ, ਤੁਸੀਂ ਸਾਰੇ ਸੋਸ਼ਲ ਮੀਡੀਆ 'ਤੇ ਵੀ ਦੇਖ ਰਹੇ ਹੋ, ਅਸੀਂ ਨਿਊਜ਼ 'ਚ ਵੀ ਸੁਣ ਰਹੇ ਹਾਂ ਕਿ ਇਹੋ ਜਿਹੇ ਹਾਲਾਤ ਬਣ ਗਏ ਆ। 7 ਹੋਸਪਿਟਲ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਹੱਥ ਖੜ੍ਹੇ ਕਰਤੇ, ਉਹ ਕਹਿੰਦੇ ਵੀ ਸਾਡੇ ਕੋਲ ਆਕਸੀਜਨ ਹੈ ਨਹੀਂ। ਬੇਸਿਕਲੀ ਥੋੜ੍ਹਾ ਜਿਹਾ ਮੈਂ ਬਹੁਤ ਜਲਦੀ ਦੇ ਵਿੱਚ ਤੁਹਾਨੂੰ ਦੱਸਦਾ, ਕਿਉਂਕਿ ਅਸੀਂ ਇੱਥੇ ਸਸਕੈਚੁਅਨ ਕੈਨੇਡਾ ਦੇ ਪ੍ਰੋਵਿੰਸ ਸਸਕੈਚੁਅਨ ਦੀ ਰਾਜਧਾਨੀ ਰਜਾਇਨਾ 'ਚ ਬੈਠੇ ਹਾਂ, ਜਿੱਥੇ ਸਾਡੇ ਨਾਲ ਸਾਡੇ MLA ਮੁਹੰਮਦ ਫਿਆਜ਼ ਸਾਹਿਬ ਬੈਠੇ ਆ। ਬੜੀ ਜ਼ਰੂਰੀ ਗੱਲ ਕਰਨ ਲੱਗੇ ਤੁਹਾਡੇ ਨਾਲ, ਅਤੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਸਕਿੰਟਾਂ ਦੇ ਵਿੱਚ ਇਹ ਦੱਸਦਾ ਕਿ ਹੋਇਆ ਕੀ ਹੈ। ਇੰਡੀਆ ਦੇ ਵਿੱਚ ਜੋ ਆਕਸੀਜਨ ਦੀ ਕਮੀ ਆ ਗਈ ਹੈ, ਜਦੋਂ ਕੋਵਿਡ ਦੀ ਸਟਾਰਟਿੰਗ ਹੋਈ ਸੀ ਉਦੋਂ ਹੀ ਕੁਛ ਏਜੰਸੀਆਂ ਨੇ ਅਲਰਟ ਦਿੱਤੇ ਸੀ, ਕੁਛ ਡਾਕਟਰਸ ਨੇ ਕਿਹਾ ਸੀ ਕਿ ਹੋ ਸਕਦਾ ਸਾਨੂੰ ਆਕਸੀਜਨ ਦੀ ਗਿਲਤ ਆਊਗੀ, ਇੱਥੇ ਆਕਸੀਜਨ ਪੂਰਾ ਨਹੀਂ ਹੋ ਪਾਊਗਾ। ਅਤੇ ਉਹ ਚਲੋ ਪਰਮਾਤਮਾ ਦੀ ਮਿਹਰ ਨਾਲ ਉਦੋਂ ਸਾਰਾ ਕੁਛ ਕਵਰ ਹੋ ਗਿਆ, ਛੇਤੀ ਹੀ ਪਹਿਲੀ ਲਹਿਰ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਅਤੇ ਪਰ ਗੌਰਮੈਂਟ ਵੱਲੋਂ, ਸੈਂਟਰ ਗੌਰਮੈਂਟ ਨੇ ਅਨਾਊਂਸ ਕਰਤਾ ਸੀ ਕਿ ਤੁਸੀਂ ਪ੍ਰੋਵਿੰਸ਼ੀਅਲ ਵਾਈਜ਼ ਜਿਹੜੇ ਆਪਣੀ ਤਿਆਰੀ ਰੱਖੋ, ਅਸੀਂ ਤੁਹਾਨੂੰ ਫੰਡ ਦੇਵਾਂਗੇ ਅਤੇ ਤੁਸੀਂ ਆਕਸੀਜਨ ਦੀ ਤਿਆਰੀ ਕਰੋ। ਪਲੱਸ ਕੁਛ ਹੋਸਪਿਟਲਸ ਨੂੰ ਕਿਹਾ ਸੀ ਵੀ ਤੁਸੀਂ ਆਪਣਾ ਪਰਸਨਲ ਆਕਸੀਜਨ ਦਾ ਪਲਾਂਟ ਲਾ ਲਓ, ਅਸੀਂ ਤੁਹਾਨੂੰ ਫੰਡ ਦੇਵਾਂਗੇ। ਉਹਨਾਂ ਦੀ ਆਪਸੀ ਕਸ਼ਮਕਸ਼ ਦੇ ਵਿੱਚ ਇਹ ਕੰਮ ਨਹੀਂ ਸਿਰੇ ਚੜ੍ਹ ਸਕਿਆ। ਅਦਰਵਾਈਜ਼ ਪੇਪਰਾਂ ਦੇ ਵਿੱਚ ਇੰਡੀਆ ਕੋਲ ਇੰਨੀ ਕੁ ਆਕਸੀਜਨ ਹੈਗੀ ਆ ਔਨ ਪੇਪਰ ਕਿ ਉਹ ਆਪਣੀ ਕੰਟਰੀ ਨੂੰ ਆਕਸੀਜਨ ਪੂਰਾ ਦੇ ਸਕਦੇ, ਸਪਲਾਈ ਕਰ ਸਕਦੇ ਉਨੀ ਡਿਮਾਂਡ ਦੀ ਜਿੰਨੀ ਸਪਲਾਈ ਹੈ। ਪਰ ਕਈ ਚੀਜ਼ਾਂ ਵਿੱਚ ਆਉਣ ਰਲਦੀਆਂ ਨਾਲ, ਜਿਵੇਂ ਕਿ ਉਹ ਬਾਈ ਏਅਰ ਆਕਸੀਜਨ ਸਪਲਾਈ ਨਹੀਂ ਹੋ ਸਕਦੀ, ਔਰ ਔਨ ਰੋਡ ਇੰਨੇ ਸਾਧਨ ਨਹੀਂ ਹੈਗੇ ਕਿ ਜਿਨ੍ਹਾਂ 'ਤੇ ਉਹ ਸਪਲਾਈ ਹੋ ਸਕਦੀ ਪ੍ਰੋਵਿੰਸ ਟੂ ਪ੍ਰੋਵਿੰਸ। ਅੱਜ ਜਦੋਂ ਇਹ ਸਾਰੇ ਕੰਟਰੀਆਂ ਨੂੰ ਤਰਲਾਮਿਤ ਕੀਤਾ ਗਿਆ ਕਿ ਕੁਛ ਸੋਚੋ ਇੰਡੀਆ ਨੂੰ ਆਕਸੀਜਨ ਦੀ ਜ਼ਰੂਰਤ ਹੈ, ਅਤੇ ਸਸਕੈਚੁਅਨ ਜੋ ਕਿ ਕੈਨੇਡਾ ਦਾ ਇੱਕ ਸੂਬਾ ਹੈ, ਉੱਥੇ ਵੀ ਸਰਕਾਰ ਦੇ ਕੰਨਾਂ ਤੱਕ ਜਦੋਂ ਇਹ ਗੱਲ ਪਹੁੰਚੀ ਅਤੇ ਉਹਨਾਂ ਨੇ ਵੀ ਉਪਰਾਲਾ ਕੀਤਾ ਕਿ ਅਸੀਂ ਆਪਣੇ ਲੈਵਲ 'ਤੇ ਇੰਡੀਆ ਨੂੰ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਹਾਂ ਇਸ ਨਾਜ਼ੁਕ ਸਮੇਂ ਦੇ ਵਿੱਚ। 100 ਵੈਂਟੀਲੇਟਰ ਜੋ ਹੈ ਸਸਕੈਚੁਅਨ ਵੱਲੋਂ ਇੰਡੀਆ ਨੂੰ ਭੇਜਿਆ ਜਾ ਰਿਹਾ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਜਾਣਕਾਰੀ ਲੈਂਦੇ ਹਾਂ। ਫਿਆਜ਼ ਸਾਹਿਬ ਤੋਂ ਸਵਾਗਤ ਹੈ ਜੀ ਤੁਹਾਡਾ। ਬੜੀ ਮਿਹਰਬਾਨੀ ਵੀਰ ਜੀ ਸਾਡੇ ਚੈਨਲ 'ਤੇ। ਅਤੇ ਫਿਆਜ਼ ਸਾਹਿਬ, ਇਹ ਅਚਾਨਕ ਕਿੱਦਾਂ ਇਹ ਮਨ ਦੇ ਵਿੱਚ ਆਇਆ ਕਿ 100 ਵੈਂਟੀਲੇਟਰ ਤੁਸੀਂ ਜਿਹੜਾ ਭੇਜ ਰਹੇ ਹੋ? ਅਤੇ ਸੰਦੀਪ ਜੀ, ਇਹ ਤਾਂ ਸਾਰਿਆਂ ਨੂੰ ਹੀ ਪਤਾ ਸੀ ਨਾ ਕਿ ਇੰਡੀਆ ਦੇ ਉੱਤੇ ਕਾਫੀ ਮੁਸ਼ਕਲ ਟਾਈਮ ਆਇਆ ਹੋਇਆ। ਸਭ ਤੋਂ ਪਹਿਲੇ ਤਾਂ ਮੇਰੀ ਹਮਦਰਦੀ ਸਾਰੇ ਦੋਸਤਾਂ ਨਾਲ, ਇੰਡੀਆ ਵਾਲੇ ਔਰ ਇੰਡੀਆ ਦੀ ਕਮਿਊਨਿਟੀ ਜਿਹੜੀ ਸਾਡੀ ਇੱਥੇ ਰਜਾਇਨਾ ਦੇ ਵਿੱਚ ਜਾਂ ਆਲ ਅਰਾਊਂਡ ਵਰਲਡ ਰਹਿੰਦੀ ਆ, ਉਹਨਾਂ ਦੇ ਨਾਲ ਬਹੁਤ ਹੀ ਹਮਦਰਦੀ ਕਿ ਜੋ ਉੱਥੇ ਹੋ ਰਿਹਾ ਉਹ ਉਹਦੇ ਤੋਂ ਅਸੀਂ ਜਲਦੀ ਗੁਜ਼ਰ ਜਾਈਏ ਔਰ ਸਾਰੇ ਸਿਹਤਯਾਬ ਹੋ ਜਾਣ, ਔਰ ਥੋੜ੍ਹੇ ਸਮੇਂ ਦੇ ਵਿੱਚ ਸਾਰੇ ਸਿਹਤਯਾਬ ਹੋ ਜਾਣ। ਅਤੇ ਸਾਨੂੰ ਵੈਸੇ ਕਿਸੇ ਨੇ ਅਪਰੋਚ ਨਹੀਂ ਸੀ ਕੀਤਾ, ਅਤੇ ਚੂੰਕਿ ਸਾਡੀ ਦੋਸਤੀ ਇੰਡੀਆ ਦੇ ਨਾਲ ਫਰੈਂਡਸ਼ਿਪ, ਅਸੀਂ ਦੇਖਿਆ ਜਾਏ ਤਾਂ ਅਸੀਂ ਵੈਕਸੀਨ ਵੀ ਉੱਥੋਂ ਮੰਗਵਾਉਂਦੇ ਹਾਂ ਨਾ, ਬਾਜ਼ ਵੈਕਸੀਨਸ ਉੱਥੋਂ ਆਉਂਦੀਆਂ ਨਾ, ਉੱਥੇ ਮੈਨੂਫੈਕਚਰ ਹੁੰਦੀਆਂ ਨੇ, ਅਤੇ ਉਸ ਨਾਤੇ ਅਸੀਂ ਡਿਸਾਈਡ ਕੀਤਾ ਕਿ ਜੋ ਕੁਛ ਸਾਡੇ ਕੋਲ ਹੈਗਾ, ਸਾਡੇ ਕੋਲ ਕੁਝ ਜ਼ਿਆਦਾ ਵੈਂਟੀਲੇਟਰ ਹੈਗੇ ਸਨ, ਅਤੇ ਉਹਦੇ ਵਿੱਚੋਂ ਅਸੀਂ ਡਿਸਾਈਡ ਕੀਤਾ ਕਿ 100 ਵੈਂਟੀਲੇਟਰ ਅਸੀਂ ਇੰਡੀਆ ਨੂੰ ਭੇਜ ਦੇਈਏ। ਸੋ ਫਿਰ ਸਰ, ਜਿੱਥੋਂ ਤੱਕ ਜਿੰਨੀ ਕੁ ਮੈਨੂੰ ਨੌਲੇਜ ਆ ਜਾਂ ਮੈਨੂੰ ਸਮਝ ਹੈ, ਜਿਹੜਾ ਆਕਸੀਜਨ ਦਾ ਇੱਕ ਸਿਲੰਡਰ ਹੈ ਉਹ ਆਈ ਥਿੰਕ ਇਟ ਸੈਲਫ ਪਹਿਲਾਂ ਇੱਕ ਸਿਲੰਡਰ ਹੁੰਦਾ ਆਕਸੀਜਨ ਦਾ ਜੋ ਅਸੀਂ ਭੇਜ ਦਿੰਦੇ ਹਾਂ। ਮੇਰੇ ਖਿਆਲ ਹੈ ਜਿਹੜਾ ਵੈਂਟੀਲੇਟਰ ਹੈ ਉਹਦੇ ਵਿੱਚ ਸਾਰਾ ਹੀ ਸਮੱਗਰੀ ਆ ਜਾਂਦੀ ਹੈ ਜਿਹਦੇ ਨਾਲ ਇੱਕ ਪੇਸ਼ੈਂਟ ਦੇ ਬੋਡੀ ਤੱਕ ਉਹ ਪਹੁੰਚਾਇਆ ਜਾਂਦਾ ਹੈ, ਉਹ ਜੋ ਚੀਜ਼ਾਂ ਨਾਲ ਲੱਗਦੀਆਂ ਨੇ ਉਹਨੂੰ ਇੱਕ ਪੂਰੇ ਕੰਪਲੀਟ ਸੈੱਟ ਨੂੰ ਸ਼ਾਇਦ ਵੈਂਟੀਲੇਟਰ ਕਿਹਾ ਜਾਂਦਾ ਹੈ। ਮੇਰਾ ਖਿਆਲ ਕਿ ਇਹੀ ਹੈ, ਮੈਂ ਮੈਡੀਕਲ ਦਾ ਬੰਦਾ ਨਹੀਂ ਹਾਂ, ਇਹੀ ਹੈ। ਸੋ ਇਹ ਇਕੱਲੇ ਆਕਸੀਜਨ ਨਹੀਂ ਹੈ, ਇਹ ਵੈਂਟੀਲੇਟਰ ਦੇ ਪੂਰੇ ਪ੍ਰੋਪਰ ਜੋ ਸੈੱਟ ਹੈ 100 ਸੈੱਟ ਤੁਸੀਂ ਇੱਥੋਂ ਭੇਜ ਰਹੇ ਹੋ ਜੀ। ਇਹ ਕਦੋਂ ਦੀ ਇਹਦੀ ਤਿਆਰੀ ਰੱਖੀ ਸੀ, ਜਿਹੜਾ ਅੱਜ ਇਹ ਕੰਪਲੀਟ ਹੋਇਆ ਕਿ ਅਸੀਂ ਭੇਜਣਾ, ਕਿੰਨੇ ਦਿਨਾਂ ਤੋਂ ਇਹਦੀ ਗੱਲਬਾਤ ਚੱਲ ਰਹੀ ਸੀ? ਨਹੀਂ, ਕੁਝ ਜ਼ਿਆਦਾ ਦੇਰ ਤੋਂ ਗੱਲਬਾਤ ਨਹੀਂ ਚੱਲ ਰਹੀ ਸੀ। ਸਾਡੇ ਪ੍ਰੀਮੀਅਰ ਨੇ ਡਿਸਾਈਡ ਕੀਤਾ ਕਿ ਸਾਡੇ ਕੋਲ ਥੋੜ੍ਹੇ ਜਿਹਾ ਐਕਸੈਸ ਵਾਲੇ ਹੈਗੇ ਨੇ, ਅਤੇ ਚੂੰਕਿ ਸਾਡੀ ਟ੍ਰੇਡ ਔਰ ਫਰੈਂਡਸ਼ਿਪ ਉਹਨਾਂ ਦੇ ਨਾਲ ਹੈਗੀ ਹੈ, ਅਤੇ ਜਿਹੜਾ ਵੀ ਮੁਸ਼ਕਲ ਦੇ ਵਿੱਚ ਹੈ ਇਸ ਵਕਤ, ਕਿਉਂਕਿ ਇਹ ਪੈਂਡੈਮਿਕ ਜਿਹੜਾ ਇਹ ਸਾਰਾ ਗਲੋਬਲ ਦੇ ਉੱਤੇ ਨਾ,
ਤੇ ਜਿਹੜਾ ਵੀ ਮੁਸ਼ਕਲ ਟਾਈਮ ਦੇ ਵਿੱਚ ਹੈ ਉਹਨਾਂ ਦੀ ਕਿਉਂ ਨਾ ਹੈਲਪ ਕੀਤੀ ਜਾਵੇ। ਤੇ ਸਾਡੇ ਕੋਲ ਇਹਨਾਂ ਨੂੰ ਦੇਣ ਤੋਂ ਬਾਅਦ ਸਾਡੇ ਕੋਲ ਖੁਦਾ ਨਾ ਖਾਸਤਾ ਅਗਰ ਜ਼ਰੂਰਤ ਪੈ ਗਈ ਤਾਂ ਸਾਡੇ ਸਸਕੈਚੁਅਨ ਦੇ ਆਪਦੇ ਪ੍ਰੋਵਿੰਸ ਵਾਸਤੇ ਕਾਫੀ ਹੈਗੇ ਨੇ। ਹੋਪਫੁਲੀ ਵੀ ਡੋਂਟ ਨੀਡ ਇਟ ਹੀਅਰ ਐਂਡ ਵੀ ਵਿਸ਼ ਨੋਬਡੀ ਨੀਡ ਇਟ ਐਕਚੁਅਲੀ ਅਰਾਊਂਡ ਦ ਵਰਲਡ ਟੂ ਬੀ ਵੈਰੀ ਹੋਨਸਟ। ਕਿਸ ਤਰ੍ਹਾਂ ਦੇ ਜਾ ਰਹੇ ਨੇ ਇਥੋਂ? ਇਹ ਸਾਡੇ ਪ੍ਰੀਮੀਅਰ ਸਕਾਟਮੋ ਜਿਹੜੇ ਹੈਗੇ ਨੇ ਨਾ ਉਹਨਾਂ ਦਾ ਤੇ ਸਾਡੇ ਆਫੀਸ਼ਲਸ ਦੇ ਹੈਵ ਅ ਵੈਰੀ ਗੁੱਡ ਕਨੈਕਸ਼ਨ ਵਿਦ ਦ ਇੰਡੀਅਨ ਐਮਬੈਸੀ ਤੇ ਉਹਨਾਂ ਦੇ ਨਾਲ ਅਰੇਂਜ ਕਰਕੇ ਪੈਕੇਜ ਕਰਕੇ ਸਸਕੈਚੁਅਨ ਹੈਲਥ ਅਥਾਰਟੀ ਇਹਨੂੰ ਪੈਕ ਕਰੇਗੀ ਔਰ ਉਹਨਾਂ ਨੂੰ ਇਨਫਾਰਮ ਕਰਨਗੀ ਔਰ ਸੇਫਲੀ ਤਰੀਕੇ ਦੇ ਨਾਲ ਐਸ ਸੂਨ ਐਸ ਪੋਸੀਬਲ ਉੱਥੇ ਪਹੁੰਚ ਜਾਣ। ਕੋਈ ਜਾਣਕਾਰੀ ਹੋਰ ਵੀ ਐਕਸਟਰਾ ਹੈਗੀ ਹੈ ਕਿ ਇੰਡੀਆ ਦੇ ਵਿੱਚ ਕਿਹੜੇ ਪ੍ਰੋਵਿੰਸ 'ਚ ਪਹੁੰਚ ਰਹੇ ਨੇ, ਕਿੱਥੇ ਦਿੱਤੇ ਜਾਣਗੇ ਜਾਂ ਸਿਰਫ ਇੱਥੋਂ ਪਹੁੰਚਦੇ ਹੀ ਕਰ ਰਹੇ ਨੇ? ਔਰ ਦੇਖ ਅਸੀਂ ਦੇਣੇ ਆ ਇੰਡੀਆ ਗਵਰਨਮੈਂਟ ਨੂੰ, ਇੰਡੀਆ ਗਵਰਨਮੈਂਟ ਦੀ ਮਰਜ਼ੀ ਹੈ ਉਹ ਜਿੱਥੇ ਮਰਜ਼ੀ ਇਹਨਾਂ ਨੂੰ ਇਸਤੇਮਾਲ ਕਰੇ ਇੰਡੀਆ ਦੇ ਵਿੱਚ, ਲਾਜ਼ਮਨ ਉੱਥੇ ਕਰਨਗੇ ਜਿੱਥੇ ਜ਼ਿਆਦਾ ਜ਼ਰੂਰਤ ਹੈ ਔਰ ਲੋਕਾਂ ਨੂੰ ਲੋਕ ਜਿੱਥੇ ਜ਼ਿਆਦਾ ਮੁਸ਼ਕਲ ਦੇ ਵਿੱਚ ਨੇ। ਤੇ ਇਹ ਇਨਫੋਰਮੇਸ਼ਨ ਆਲਰੇਡੀ ਉੱਥੇ ਪਹੁੰਚ ਗਈ ਹੋਣੀ ਹੈ ਕਿ 100 ਵੈਂਟੀਲੇਟਰ ਜਿਹੜਾ ਇੱਥੋਂ ਸਸਕੈਚੁਅਨ ਤੋਂ ਆ ਰਿਹਾ ਹੈ, ਤੇ ਉਧਰੋਂ ਵੀ ਤੁਹਾਨੂੰ ਇੰਡੀਆ ਗਵਰਨਮੈਂਟ ਵੱਲੋਂ ਕੋਈ ਅਗਰ ਕੋਈ ਸ਼ੁਕਰਾਨਾ ਆਇਆ, ਕੋਈ ਚਿੱਠੀ ਪੱਤਰ ਆਇਆ? ਮੈਨੂੰ ਇਸ ਚੀਜ਼ ਦਾ ਨਹੀਂ ਪਤਾ, ਲੇਕਿਨ ਅੱਜ ਪ੍ਰੀਮੀਅਰ ਨੇ ਸਵੇਰੇ ਇਹ ਕਿਹਾ ਸੀ ਕਿ ਉਹਨਾਂ ਦੀ ਗੱਲ ਅੰਬੈਸੀ ਦੇ ਵਿੱਚ ਇੰਡੀਅਨ ਅੰਬੈਸੀ ਦੇ ਵਿੱਚ ਹੋ ਰਹੀ ਔਰ ਉਹ ਅਰੇਂਜ ਕਰ ਰਹੇ ਨੇ ਕਿ ਇਹਨਾਂ ਨੂੰ ਕਿਸ ਤਰੀਕੇ ਪਹੁੰਚਾਇਆ ਜਾਏ। ਅਸੀਂ ਜਿਸ ਤਰ੍ਹਾਂ ਹੁਣ ਗੱਲ ਕਰਦੇ ਪਏ ਹਾਂ, ਚੂੰਕਿ ਅੱਜ ਸਵੇਰ ਦੀ ਗੱਲ ਹੈ ਔਰ ਦੇ ਵਾਂਟ ਟੂ ਡੂ ਇਟ ਐਜ਼ ਕੁਇਕਲੀ ਐਜ਼ ਫਾਸਟ ਐਜ਼ ਪੋਸੀਬਲ ਐਂਡ ਆਈ ਡੋ ਨਾਟ ਨੋ ਦੈਟਸ ਦੇ ਆਲਰੇਡੀ ਹੈ ਦੇ ਆਰ ਔਨ ਦਾ ਵੇ ਔਰ ਸੋਰਟ ਆਫ ਦੋਜ਼ ਥਿੰਗਸ ਬਟ ਯੂ ਨੋ ਵੀ ਵਰਕਿੰਗ ਵੈਰੀ ਕੁਇਕਲੀ ਔਨ ਇਟ। ਹੋਰ ਕੋਈ ਸਪੈਸ਼ਲ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਆਪਣੇ ਵੱਲੋਂ? ਬਹੁਤ ਸਾਡੀ ਹਮਦਰਦੀ ਹੈ ਔਰ ਬਸ ਸਿਰਫ ਇਹੀ ਇਹ ਰੱਖਣ ਕਿ ਸੋਸ਼ਲ ਡਿਸਟੈਂਸ ਇਜ਼ ਵੈਰੀ ਇੰਪੋਰਟੈਂਟ, ਕੋਵਿਡ ਇਜ਼ ਰੀਅਲ ਔਰ ਕੋਵਿਡ ਨੇ ਬਹੁਤ ਫੈਮਲੀਆਂ ਨੂੰ ਅਫੈਕਟ ਕੀਤਾ ਹੈ। ਆਈ ਨੋ ਮੈਨੀ ਆਫ ਦੋਸ ਔਰ ਤੁਹਾਨੂੰ ਵੀ ਪਤਾ ਸਾਡੇ ਇੱਥੇ ਰਜਾਇਨਾ ਦੇ ਵਿੱਚ ਔਰ ਪੂਰੀ ਦੁਨੀਆਂ ਦੇ ਵਿੱਚ ਰੈਲੇਟਿਵ ਤੇ ਹਰ ਪਾਸੇ ਨੇ ਨਾ ਰਹਿੰਦੇ ਹੈ ਤੇ ਆਪਣਾ ਖਿਆਲ ਰੱਖਣ ਔਰ ਆਪਣੇ ਪਰਿਵਾਰ ਦਾ ਖਿਆਲ ਰੱਖਣ ਔਰ ਜਿਹੜਾ ਹੈਲਥ ਓਫੀਸ਼ਲ ਤੁਹਾਨੂੰ ਕਹਿੰਦਾ ਹੈ ਨਾ ਉਹਨੂੰ ਉਬੇ ਕਰਨ, ਉਹਨੂੰ ਮੰਨਣ ਗੱਲ ਨੂੰ ਕਿ ਉਹ ਗੱਲ ਠੀਕ ਆ ਕਿ ਉਹਨਾਂ ਦੀ ਗੱਲ ਮੰਨੀ ਤੇ ਗੈਟ ਯੂਰ ਵੈਕਸੀਨ ਐਸ ਸੂਨ ਐਸ ਯੂ ਗੈਟ ਦ ਚਾਂਸ। ਥੈਂਕ ਯੂ। ਸੋ ਦੋਸਤੋ, ਜਿਨ੍ਹਾਂ ਦਾ ਤਾਂ ਕੋਈ ਆਪਣਾ ਚਲਾ ਗਿਆ ਹੈ ਉਹਦੇ ਲਈ ਕੋਵਿਡ ਤੋਂ ਖਤਰਨਾਕ ਕੋਈ ਬਿਮਾਰੀ ਨਹੀਂ ਇਸ ਦੁਨੀਆਂ 'ਤੇ, ਜਿਨ੍ਹਾਂ ਦਾ ਕੋਈ ਨਹੀਂ ਗਿਆ ਜਾਂ ਜਿਹਨੂੰ ਕੋਈ ਪਰੇਸ਼ਾਨੀ ਨਹੀਂ ਆਈ ਅਜੇ ਤੱਕ, ਜਿਹਨੂੰ ਨਹੀਂ ਪਤਾ ਇਸ ਖਤਰਨਾਕ ਬਿਮਾਰੀ ਬਾਰੇ, ਉਹਦੇ ਲਈ ਇੱਕ ਤਰ੍ਹਾਂ ਦਾ ਮਜ਼ਾਕ ਹੈ। ਸੋ ਫਿਆਜ਼ ਸਾਹਿਬ ਦਾ ਵੀ ਇਹੀ ਕਹਿਣਾ ਕਿ ਜਿੰਨਾ ਹੋ ਸਕਦਾ ਬਚੋ, ਆਪਣੇ ਆਪ ਨੂੰ ਬਚਾਓ, ਆਪਣੇ ਆਂਢ ਗੁਆਂਢ ਖਿਆਲ ਰੱਖੋ, ਜਿੰਨਾ ਹੋ ਸਕਦਾ ਸੇਫਟੀ ਪ੍ਰੀਕੋਸ਼ਨ ਯੂਜ਼ ਕਰੋ। ਉਨੇ ਬੰਦੇ ਕੋਵਿਡ ਦੀ ਵਜ੍ਹਾ ਨਾਲ ਨਹੀਂ ਸੀ ਜਾ ਰਹੇ ਜਿੰਨੇ ਹੁਣ ਆਕਸੀਜਨ ਦੀ ਕਿੱਲਤ ਦਾ ਕਰਕੇ ਜਾ ਰਹੇ ਆ। ਸੋ ਇਹ ਵੀ ਇੱਕ ਕੁਦਰਤ ਦਾ ਜੋ ਖਜ਼ਾਨਾ ਹੈ, ਜੋ ਆਕਸੀਜਨ ਹੈ, ਜੋ ਇਨਵਾਇਰਮੈਂਟ ਅਸੀਂ ਖਰਾਬ ਕਰ ਰਹੇ ਹਾਂ, ਪੋਲਿਊਸ਼ਨ ਕਰ ਰਹੇ ਹਾਂ, ਉਹਨੂੰ ਵੀ ਇੱਕ ਇਹ ਸਵਾਲ ਉੱਠਦਾ ਹੈ ਕਿ ਉਸ ਨੂੰ ਵੀ ਅਸੀਂ ਸਾਂਭ ਲਈਏ, ਨਹੀਂ ਤਾਂ ਉਹ ਤੋਂ ਬਿਨਾਂ ਵੀ ਸਾਨੂੰ ਜੇ ਆਕਸੀਜਨ ਨਾ ਮਿਲੀ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਊਸ਼ਨ ਦੀ ਵਜ੍ਹਾ ਨਾਲ, ਤਾਂ ਅਸੀਂ ਕੀ ਹਾਲਾਤ ਹੋਣਗੇ ਸਾਡੇ। ਥੈਂਕ ਯੂ।